ਭਾਈ ਚੱਲ ਰਿਹਾ ਆਰਪੀ ਵਾਲਾ ਰੇਜਰ। ਸਹੀ ਗੱਲ ਜੀ। ਹਾਂਜੀ ਬੀਬਾ, ਖੇਤ ਇੱਕ ਵਾਰ ਬਾਅਦ ਤਾਂ ਪਾ ਲਿਆ ਨਾ, ਮੈਂ ਚੱਲ ਪੋਲਾ ਹੋਈ ਨਾ। ਬਾਕੀ ਆ ਤੇਰਾ ਉੱਚਾ ਬਹੁਤ ਆ ਝਾੜਾ ਦਾ ਨਾ, ਉਹਨੂੰ ਰੱਖਿਆ ਵਾ ਤੁੱਪਾ ਅੱਖੇ ਪਰ, ਫਿਰ ਪਹਿਲਾਂ ਸਾਰੀ ਕਰਾਹਣਾ ਖਿੱਚਦਾ ਅਖੂੰਜਾ ਜਿਹਾ, ਉਹ ਤਿੰਨ ਵਾਰ ਬਾਹਰ ਤਾ। ਬਾਕੀ ਹੁਣ ਇਹਨੇ ਬਣਾ ਲੈਣਾ, ਹੁਣ ਇੱਕ ਵਾਰ ਫਿਰ ਪਾ ਦਿੰਦਾ ਪੋਲਾ ਹੋ ਜੂਗਾ ਸ਼ਾਇਦ। ਬਾਕੀ ਫਿਰ ਠੀਕ ਆ, ਉੱਚਾ ਬਹੁਤ ਆ ਆਇਆ ਦੁਹਾੜੇ ਦਾ ਇਹ। ਇਹਨਾਂ ਦਾ ਬਾਜਰਾ 5-6 ਹਜ਼ਾਰ ਰੁਪਏ ਬਾਜਰੇ ਹੀ ਆ, ਅੱਧਾ ਕੁ ਪਹਿਲਾਂ ਪੜਤਾ ਤਾ ਬਜਰੇ ਦਾ, ਅੱਧਾ ਕੁ ਹੁਣ ਪੜਤਾ। ਬਾਕੀ ਇਹ ਅਜਵੀਰ ਵੀ ਪਰਸੋਂ ਚੌਥੇ ਦਾ ਕਿਤੇ ਗਿਆ ਪਤਾ, ਕਹਿੰਦਾ ਰੇਤੇ ਦਾ ਹੀ ਗਿਆ ਉਹਦਾ, ਉੱਥੇ ਇੱਕ ਦਿਹਾੜੀ ਉਹ ਲਾ ਕੇ ਆਇਆ ਮੰਡੇ 'ਚ ਲਾਈ ਗਿਆ, ਕੱਲ੍ਹ ਲੇਜ਼ਰ ਖਰਾਬ ਹੋ ਗਿਆ ਥੋੜ੍ਹਾ ਜਿਹਾ। ਅੱਛਾ, ਇਹ ਤਾਂ ਕੱਲ੍ਹ ਮਾਰ ਲੈਣਾ ਤਾ ਕਹਿੰਦਾ। ਬਾਕੀ ਟਰੈਕਟਰ ਮਗਾ ਫਾਲੇ ਪਾਏ ਹੋਏ ਖੜੇ ਭਾਈ, ਬਾਜਰੇ ਵਾਲਾ ਖੇਤ ਆਇਆ ਆਪਾਂ ਨੇ ਬਾਜਰਾ ਇਹ 'ਚ ਵਾਹਤਾ ਤਾ, ਅਤੇ ਅੱਜ ਲੇਜ਼ਰ ਕਰਾਉਣ ਲੱਗੇ। ਉਹ ਪਿਛਲੇ ਸਾਲ ਬਾਕੀ ਖੇਤ ਆਪਾਂ ਨੇ ਪਿਛਲੇ ਸਾਲ ਕਰਾਤੇ ਤੇ ਬਾਈ, ਇਹੀ ਖੇਤ ਰਹਿੰਦਾ ਤਾ ਇਹ 'ਚ ਬਾਜਰਾ ਤਾ, ਉਹ ਪਿਛਲੇ ਸਾਲ ਲੇਜ਼ਰ ਹੋਏ ਹੋਏ ਆ ਖੇਤ। ਬਿਜਲੀ 24 ਘੰਟੇ ਬਿਜਲੀ ਆ ਗਈ। ਹੁਣ ਇੱਧਰ ਕੈੜਾ ਹੋ ਗਿਆ ਬਾਈ ਪੂਰਾ, ਹੁਣ ਫਾਲੇ ਬਚੂਗੇ, ਫਲ ਬਚਣਗੇ, ਕੈੜਾ ਹੋ ਗਿਆ ਇੱਧਰ। ਬਾਕੀ ਫੋਰਮੈਨ ਇੱਕ ਲਾਗਵਰ ਵੀ ਬੈਠਾ ਹੈ, ਅਸ ਵੀ ਦੱਸਣ ਲੱਗਿਆ ਹੋਇਆ। ਤੇ ਕੱਲ ਸਿਸਟਮ ਉੱਪਰ ਵਾਲਾ ਬਦਲ ਗਿਆ ਬਾਈ, ਉਹ ਕਹਿੰਦਾ ਹੁਣ ਨਵਾਂ ਲੱਗ ਕੇ ਆਊਂਗਾ ਇਹ, ਕਹਿੰਦਾ ਬੋਲਦਾ ਬੈਠਾ ਉੱਪਰ। ਉਹ ਦੇਖੋ ਬਾਈ ਟਾਵਰ ਦੇ ਹੁਣ ਠਾਲਣਾ ਪੈਣਾ,
ਕੇ ਇੱਧਰ ਤੇ ਮਿੱਟੀ ਖਿੱਚੀ ਬਈ ਸਾਰੀ ਉਰੇ ਤੇ ਆਹ ਸਾਈਡ ਸਾਰੀ ਉੱਚੀ ਤੇ ਉਹ ਪਰਾਂ ਵੱਟ ਪਾਉਣ ਲੱਗੇ। ਹੈ ਅੱਧਾ ਕਿੱਲਾ ਹੀ ਆ, ਜ਼ਿਆਦਾ ਨਹੀਂ ਹੈ। ਖੇਤ ਕਦੇ ਹੋਇਆ ਹੀ ਨਹੀਂ। ਖੇੜਾ ਵੀ ਜੜਾਂ ਵੀ ਆ ਤੇ ਉਹ ਵੀ ਆ ਰੋੜਾ ਰੂੜਾ ਹੈ ਇਹਦੀਆਂ ਜਮੋਏ ਦੀਆਂ। ਹੋਰ ਕਾਹਦੀਆਂ ਏ? ਜਮੋਏ ਦੀਆਂ ਜੜਾਂ ਏ ਸਾਰੀਆਂ। ਹੈ ਦਰਖਤ ਕਿੱਡਾ ਏ ਭਾਰੀ ਕਿੰਨਾ। ਹਾਂ ਆਲੇ ਲਾਉਂਦਾ ਹੀ ਨਹੀਂ ਸਰਦਾਰ ਜੀ। ਹੈ ਲੱਗਦੇ ਨਹੀਂ ਹੁਣ ਲੱਗ ਗਿਆ ਉਹ ਗਾਂ ਜਾ ਕੇ ਲੱਗੇ। ਠੀਕ ਚੱਲਦਾ ਤਾਂ ਕਿਆ ਬਦਲਿਆ ਇਹਦਾ? ਉਹ ਵੀ ਬਦਲੀ ਉਹ ਬਾਈ ਉਹ ਲੈ ਗਿਆ ਉਹਨੂੰ ਕੰਪਨੀ ਭੇਜੂਗਾ ਉੱਥੇ ਚੇਂਜ ਹੋ ਕੇ ਆਊਗੀ ਤੇ ਉਹ ਨਵੀਂ ਦੇ ਗਿਆ। ਇਹ ਵੀ ਨਵੀਂ ਐਨ ਬਿਲਕੁਲ ਨਾ ਨਾ ਮਾੜੀ ਮੋਟੀ ਚੱਲੀ ਹਾਂ ਡੈਮੋ ਵਾਲਾ ਰੱਖਿਆ ਰੱਖੀ। ਆਪਣੀ ਨਿਗਲਤੀ ਮੰਨਦੇ ਤੇਰੀ ਪ੍ਰੋਬਲਮ ਨੀ ਆ ਸਕਦੀ ਕਹਿੰਦੇ ਕਹਿੰਦੇ ਕੋਲ ਕੋਈ ਲੇਜ਼ਰ ਚੱਲਦਾ ਹੋਣਾ ਉਹਦੀ ਰੇਂਜ ਪੈਂਦੀ ਆ ਤਾਂ ਖੇਤ ਖਰਾਬ ਕਰਦਾ ਸਾਡੇ ਚਾਰੇ ਪਾਸੇ ਬੂਟੇ ਹੈਗਾ ਰੇਂਜ ਕਿੱਥੇ ਮਿਲਣੀ ਸਾਡੇ ਤੇ ਦਿਮਾਗ ਚ ਫਲ ਤਾਂ ਪਤਾ ਨਹੀਂ ਸੌਂਦੇ ਜਾ ਭਾਈ ਘੜਾ ਲੈ ਕਰੂਗੇ ਮੈਂ ਕਿਹਾ ਆਪਣੇ ਆਪ ਡਾਊਨ ਹੋ ਜਾਂਦਾ ਚੱਕਣ ਲੱਗ ਜਾਂਦਾ ਨਹੀਂ ਨਹੀਂ ਹੁਣ ਆ ਜਾਂਦਾ ਪੱਧਰਾ ਨੀ ਦਿਖਦਾ ਕਰਦਾ ਪੱਧਰਾ ਦਿਖਦਾ ਕਿਤੇ ਮਿੱਟੀ ਛੱਡਦੀ ਤਿੰਨ ਪਾੜਾ ਭਾਰਤੀ ਮੈਂ ਕਿਹਾ ਖੇਤ ਜੀਰੋ ਨੀ ਹੋਣੇ ਚਾਹੁੰਦਾ ਵੀ ਇੰਨਾ ਕਿੰਨਾ ਫਰਕ ਪੈ ਗਿਆ ਖੇਤ ਦਾ ਆਪਣੀ ਵੱਟ ਨੀ ਸੀ ਉੱਧਰ ਨੀ ਪੈ ਗਈ ਪਹਿਲਾਂ ਤਾਂ ਮੈਂ ਇੱਕੇ ਬਣਾਇਆ ਪਿਆ ਤਾ ਹੁਣ ਤਾਂ ਤੁਸੀਂ ਉਨੇ ਕਦਾ ਹੀ ਫੇਰ ਬਣਾ ਲਿਆ ਤਾਂ ਉਨੇ ਕਦਾ ਹੀ ਮੈਂ ਬਣਾ ਲਿਆ ਤਾ ਮੈਂ ਕਿਹਾ ਯਾਰ ਕਿਤੇ ਹੋ ਗਿਆ ਵੀ ਨਹੀਂ ਮੈਂ ਹੀ ਨੀ ਲੇਜ਼ਰ ਠੀਕ ਕਰਿਆ ਗਾ ਮੈਂ ਆਪਣੇ ਆਪ ਨੂੰ ਕਹੀ ਆ ਏਦਾਂ ਮਿੱਟੀ ਪਰਾਂ ਨੂੰ ਹੋਰ ਖਿਚਾਉਣੀ ਬਾਈ ਯਾਰ ਚਾਹ ਲਈ ਬਹੁਤ
ਬਾਈ ਦਿੱਲੀ ਵੀ ਆ ਗਿਆ ਤਿਆਰੀ ਕਰੀ ਫਿਰਦਾ ਬਾਜਰੇ ਨੂੰ ਤਿਆਰੀ ਆ ਪਨੀਰੀ ਤਿਆਰ ਆ ਹਰੀ ਮਿਰਚ ਰੋਡ ਹੋਈ ਦਾਤੀ ਉੱਤੇ ਇੱਕ ਵਿੱਚ ਹੋਈ ਗੱਜ ਬਾਕੀ ਹੁਣ ਤਾਂ ਥੋੜਾ ਜਿਹਾ ਵਾ ਸੈੱਟ ਜਾਈ ਆ, ਥੋੜਾ ਬਹੁਤਾ ਇੱਕ ਦੋ ਵਾਰੀ ਹੋਰ ਬਚੂਗਾ, ਯਾਨੀ ਕਿ ਹੁਣ ਇੱਧਰ ਦੀ ਜਿਹੜੀ ਮਿੱਟੀ ਲੈ ਕੇ ਜਾਣੀ ਸਾਰੀ ਚਲੇ ਗਈ, ਉੱਧਰ ਉੱਚਾ ਹੋ ਗਿਆ, ਬਰਾਬਰ ਜਿਹਾ ਹੋ ਗਿਆ। ਜੋ ਜੀ ਬਾਈ ਹੋ ਗਿਆ, ਬਣ ਗਿਆ ਖੇਤ ਜੀ, ਪਾਣੀ ਛੱਡੇ ਲੱਗੂਗਾ, ਪਾਣੀ ਛੱਡ ਲਓ, ਪਾਣੀ ਛੱਡ ਲਓ, ਲੱਗਦਾ ਸਰ ਉੱਚੀ ਪਾਣੀ ਛੱਡੇ ਲੱਗੂਗਾ, ਛੱਡ ਲਓ ਪਾਣੀ। ਬਾਕੀ ਉਰੇ ਕੋਈ ਸੀ ਬਾਈ, ਆਹ ਹੋਊਗੀ 10 ਫੁੱਟ 10 ਫੁੱਟ ਹੈ। ਆਪਣੇ ਵੀ ਆਏ ਹੋ ਰਾੜਾ ਪੱਖਾ ਹਲੇ ਵੀ ਚੱਲ ਰਿਹਾ, ਤਾਂ ਆਪਣੇ ਘਰ ਦੇ ਲਾਗ ਇੰਜਣ ਚੱਲਦਾ ਸਾਡੇ ਘਰ ਦੇ ਲਾਗ ਇੰਜਣ ਆ, ਜਮਾ ਬਾਈ ਜੜ ਚ ਇੰਜਣ ਚੱਲਦਾ, ਜਾਣੀ ਕਿ ਲੋਟ ਹੈ ਇੱਧਰ। ਉਹ ਵੀ ਖੇਤ ਆਪਣਾ ਪਿਛਲੇ ਸਾਲ ਪੱਧਰਾ ਕਰਾਤਾ, ਆਹ ਬਾਈ ਲੰਬਾ ਹੀ ਲੰਬਾ ਉਹ ਕੰਨੇ ਤੱਕ, ਇਹ ਵੀ ਪਿਛਲੇ ਸਾਲ ਪੱਧਰਾ ਕਰਾਤਾ ਤਾ, ਉਹ ਮੋਟਰ ਆਪਣੀ ਸਾਹਮਣੇ ਆਹ। ਬਾਕੀ ਵੱਟਾਂ ਵੋਟਾਂ ਖੁਰਚਤੀਆਂ ਇੱਧਰ, ਲੋਕੀ ਪਾਵਰ ਹੈਗੀ ਪਾਣੀ ਛੱਡਦੇ ਕਹੀ ਲਿਆ ਕੇ ਕਹੀ ਇੱਧਰ ਹੋਣੀ ਉੱਥੇ ਆ, ਮੂਹਰੇ ਤੇ ਖੋਲ ਲਾ ਖੋਲਾ, ਹਾਲ ਨਹੀਂ ਸਾਫ ਹੋਈ, ਲੱਗਦਾ ਫਿਰ ਆਉਂਦਾ।
ਲੋ ਜੀ ਬਾਈ ਪਹੁੰਚ ਗਏ ਜੀ ਸੂਏ ਪਾਰਾਂ ਵਾਲੇ ਖੇਤਾਂ 'ਚ ਜਿੱਥੇ ਆਪਾਂ ਚਰੀ ਬੀਜੀ ਪਨੀਰੀ ਬਾਈ, ਅਤੇ ਪੰਪ ਚੱਕਿਆ ਮੋਢੇ 'ਤੇ, ਸਪਰੇ ਲੱਗੇ ਹੋਏ ਬਾਈ ਕਰਨ ਚਰੀ 'ਤੇ। ਕੱਲ੍ਹ ਤੁਹਾਨੂੰ ਦੱਸਿਆ ਤਾ ਵੀ ਸਪਰੇ ਕਰਨੀ ਤੀ, ਅਤੇ ਕੱਲ੍ਹ ਬੱਕਰੀ ਸੂਣ ਲੱਗ ਗਈ ਤੀ, ਕੱਲ੍ਹ ਕਰ ਦੇਣੀ ਤੀ ਆਪਾਂ ਨੇ, ਚਲੋ ਅੱਜ ਨਿਬੜ ਜੂ ਕੰਮ। ਅਤੇ ਚੌਥਾ ਪੰਪ ਆਪਾਂ ਲੱਗਿਆ ਹੋਇਆ ਮੋਢੇ 'ਤੇ ਟੰਗਿਆ ਹੋਇਆ ਬਾਈ, ਚੌਥਾ 3 ਲਾ ਤੇ ਆਪਾਂ ਨੇ, ਇਹ ਵੀ ਮੁੱਕਣੇ ਵਾਲਾ ਬਸ। ਅਤੇ ਇੱਕ ਪੰਪ ਦੀ ਦਵਾਈ ਰਹਿ ਗਈ ਆਪਣੀ, ਅਤੇ ਉਹ ਨਿਬੇੜਦੀ ਹੈ ਕੰਮ, ਸ਼ਾਮ ਟਾਈਮ ਨੂੰ ਸਪਰੇ ਕਰੀਦਾ ਬਾਈ ਫਾਇਦਾ। ਅਤੇ ਸਪਰੇ ਲੱਗੇ ਕਾਰਨ ਬਾਕੀ ਇਹਨੂੰ ਕੱਲ੍ਹ ਤੱਕ ਪਾਣੀ ਲਾ ਲੈਣਾ ਆਪਾਂ ਨੇ ਕੱਲ੍ਹ ਨੂੰ, ਅਤੇ ਤੇੜ ਲੱਗ ਗਈ ਪੱਟਣੀ ਜੀ ਪੂਰੀ। ਬਾਕੀ ਫਿਰ ਆਹ ਸਪਰੇ ਤੋਂ ਬਾਅਦ ਰੇਹ ਪਾ ਕੇ ਆਪਾਂ ਨੇ ਚਰੀ ਬਾਕੀ ਆਪਣੀ ਪਿੱਛੇ ਬਾਈ ਪੂਰੀ ਤਿਆਰ ਹੋ ਜਾਣੀ ਹੁਣ, ਅਤੇ ਦਿਖਾਉਂਦੇ ਹਾਂ ਲੱਗੇ ਹੋਏ ਬਾਈ। ਲਓ ਜੀ ਬਾਈ ਚੱਲ ਰਿਹਾ, ਮੈਂਟਰੀ ਵਾਲਾ ਤਾਂ ਪੰਪ ਹੈ ਨਹੀਂ, ਜਿਹੜਾ ਤੁਹਾਨੂੰ ਮੈਂ ਦਿਖਾ ਦੇਵਾਂ ਵੀ ਨਾਲ ਦੀ ਨਾਲ, ਆਪਣੇ ਕੋਲ ਦੂਆ ਹੈਂਡਲ ਵਾਲਾ, ਅਤੇ ਲੱਗੇ ਹੋਏ ਹਾਂ। ਚਰੀ ਪੂਰੀ ਵਧੀਆ ਹੋ ਗਈ ਹੁਣ, ਮਸਵਰੇ ਤੋਂ ਬਾਅਦ ਤਾਂ ਤਿਆਰ ਆ। ਉਹ ਮੱਕੀ ਖੜ੍ਹੀ ਆ, ਜਾਨੂੰ ਮੱਕੀ ਦਾ ਕੰਮ ਆਪਣਾ ਨਿਬੜਨਾ ਏ, ਇੱਧਰ ਚਰੀ ਤਿਆਰ ਹੋ ਜਾਣੀ ਪੂਰੀ, ਬਾਜਰਾ ਵੀ ਇੱਧਰ ਬਿੱਕਾ ਖੰਡ ਬਾਜਰਾ ਬਾਈ। ਅਤੇ ਪਹਿਲਾਂ ਸ਼ਿੱਧਾ ਲੱਗਦਾ ਤਾ ਬਹੁਤ, ਨਿਊਟਰੀ ਬਾਜਰਾ ਇਹ, ਅਤੇ ਆਪਣਾ ਬੇਰਕਾ ਡੈਰੀ 'ਚ ਆਇਆ ਹੋਇਆ ਤਾ, ਅਤੇ ਉਹਦਾ ਹੀ ਬੀਜ ਆ ਪਾ ਇਹ। ਹੁਣ ਸੋਹਣਾ ਬੂਝਾ ਲੱਗ ਗਿਆ ਕਰਨ, ਪਹਿਲਾਂ ਖੇਤ ਖਾਲੀ ਜਿਹਾ ਲੱਗੀ ਜਾਂਦਾ ਤਾ, ਹੁਣ ਤਾਂ ਬੂਝਾ ਕਰ ਲਿਆ, ਅਤੇ ਬਾਕੀ ਉਹ ਸਾਹਮਣੇ ਲੱਗਿਆ ਹੋਇਆ। ਇਹਦੇ ਪਰ ਵੀ ਮਾਰ ਦੇਣੀ ਆਪਾਂ ਸਪਰੇ ਬਾਈ, ਬਚੀ ਹੋਈ ਆ ਹੁਣ ਚਰੀ ਪਰ ਤਾਂ ਆਪਣਾ ਨਿਬੜ ਗਿਆ ਕੰਮ, ਇੱਕ ਪੰਪ ਰਹਿੰਦਾ ਇਹਦੇ ਪਰ ਕਰ ਦੇਣਾ ਆਪਾਂ ਨੇ। ਲੋਈ ਬਾਈ ਨਿਬੜ ਗਿਆ ਕੰਮ, ਕਰਤੀ ਆਪਾਂ ਨੇ ਫੈਨ ਵਾਲਾ ਕੰਮ, 5 ਪੰਪ ਲੱਗ ਗਏ ਜੀ, 3 ਵਿੱਗੇ ਥਾਂ 'ਚ, 3 'ਤੇ ਵੀ ਥੋੜ੍ਹਾ ਜਿਹਾ ਘੱਟੇ ਆ, 2.5 ਵਿੱਗੇ ਹੀ ਆ ਬਾਈ। 5 ਪੰਪ ਲਾ ਤੇ ਨਲਾਤੀ ਆਪਾਂ ਨੇ, ਧੋਤੀ ਹੈ ਸਵਾਰ ਕੇ। ਇਹ ਹੈਗੀ ਆਪਣੀ ਕਾਲੀ ਚਰੀ, ਬਾਕੀ ਮੀਂਹ ਨੇ ਥੋੜ੍ਹੀ ਜਿਹੀ ਸੈੱਟ ਕਰਤੀ, ਪਹਿਲਾਂ ਬਹੁਤ ਬੁਰਾ ਹਾਲ ਤਾ, ਪਹਿਲਾਂ ਤਾਂ ਖਾਏ ਲਈ ਚਿਕਨ ਸੂਏ ਨੇ, ਅਤੇ ਹੁਣ ਤਾਂ ਥੋੜ੍ਹਾ ਜਿਹਾ ਫਰਕ ਹੈ ਬਾਈ। ਚਲੋ ਆਪਾਂ ਨੇ ਕਰਤੀ ਜਾਣੀ ਕਿ ਸਪਰੇ ਨਿਬੇੜਤਾ ਕੰਮ। ਚਲੋ ਠੀਕ ਆ ਜੀ ਬਾਈ ਜੀ, ਅਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ 'ਚ, ਅਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ।